ਅੱਜ ਸਵੇਰ ਤੋਂ ਕੰਮ ਕਰਦੇ ਕਰਦੇ ਮੈਨੂੰ ਸ਼ਾਮ ਹੁੰਦੇ ਆ ਜਾਂਦੀ, ਪਰ ਇਹ ਸਕੈਚ ਹਲੇ ਵੀ ਨੀ ਕੰਪਲੀਟ ਹੁੰਦਾ ਨਾਮ ਲੈਂਦਿਆ ਸੀ। ਫਿਰ ਮੈਂ ਇਹਨੂੰ ਸਾਈਡ ਤੇ ਰੱਖ ਕੇ ਤੇ ਮੰਮੀ ਜੀ ਦੀ ਪਰਸਨਲ ਕੁੱਜੀ ਵਿੱਚੋਂ 10 ਰੁਪਏ ਕੱਢ ਕੇ ਜਲਦੀ ਜਲਦੀ ਚਲਾ ਜਾਂਦਾ ਬਾਜ਼ਾਰ, 40 ਬਿਸਕੁਟ ਲੈਣ। ਦੁਕਾਨ ਤੋਂ ਦੱਸਾਂ ਨਾ ਪਾਰਲੇ ਜੀ ਲੈ ਕੇ ਮੈਂ ਫਿਰ ਵਾਪਸ ਆ ਜਾਂਦਾ ਘਰੇ ਤੇ ਮੰਮੀ ਦੁਬਾਰਾ ਬਣਾਏਗੀ ਚਾਹ ਨੂੰ ਲੱਗ ਜਾਣਾ ਪੀਣ। ਫਿਰ ਚਾਹ ਦੇ 2 ਘੁੱਟ ਲਾ ਕੇ ਮੇਰਾ ਪ੍ਰੀ ਪਲਾਨ ਹੁਣ ਇਹ ਸੀ ਜਾਨਵਰਾਂ ਦੀ ਸ਼ੇਪ 'ਚ ਆਏ ਹੋਏ ਵਾਲਾਂ ਨੂੰ ਨਾਈ ਕੋਲ ਜਾ ਕੇ ਇਨਸਾਨੀਅਤ ਦੀ ਤਰ੍ਹਾਂ ਬਦਲਾ ਲਿਆਵਾਂ। ਪਰ ਜਿਵੇਂ ਹੀ ਮੈਂ ਨਾਈ ਕੋਲ ਚੱਲਾਂ ਸੀ ਉਵੇਂ ਚਾਚਾ ਜੀ ਮੈਨੂੰ ਲੈ ਜਾਂਦੇ ਆ ਵਾਰਾਗਰਦੀ ਕਰਨ ਵਾਸਤੇ। ਫਿਰ ਵਾਰਾਗਰਦੀ ਕਰਦੇ ਹੋਏ ਤੇ ਡੈਡੀ ਜੀ ਦੇ ਕਹੇ ਅਨੁਸਾਰ ਪਹਿਲਾਂ ਮੈਂ ਦੁਕਾਨ ਤੋਂ ਲੈ ਲੈਣਾ ਆਪਣਾ ਕ੍ਰੇਟ, ਫਿਰ ਭੋਲੇ ਦੀ ਚੱਕੀ ਤੋਂ ਚਾਚਾ ਜੀ ਆਪਣਾ ਲੈ ਲੈਂਦੇ ਨੇ ਆਟਾ, ਆਟਾ ਲੈ ਕੇ ਵਾਪਸ ਆਉਂਦੇ ਹੋਏ ਅਸੀਂ ਆ ਜਾਂਦੇ ਆ ਆਪਣੇ ਦੂਸਰੇ ਘਰ, ਜਿੱਥੇ ਪਹੁੰਚ ਕੇ ਚਾਚਾ ਜੀ ਲਾਉਣ ਲੱਗ ਜਾਂਦੇ ਆ ਉੜਦਾ ਪੰਛੀ। ਫਿਰ ਗੱਲਾਂ ਬਾਤਾਂ ਮਾਰ ਕੇ ਅਸੀਂ ਆ ਜਾਂਦੇ ਆ ਘਰੇ। ਫਿਰ ਘਰ ਦੇ ਛੋਟੇ ਮੋਟੇ ਕੰਮ ਕਰਨ ਤੋਂ ਬਾਅਦ ਮੈਂ ਚੱਲ ਪੈਂਦਾ ਆਪਣੇ ਵਾਲ ਕਟਾਉਣ ਲਈ। ਦੁਕਾਨ ਤੇ ਪਹੁੰਚ ਕੇ ਮੈਨੂੰ ਪਤਾ ਲੱਗਦਾ ਜਿਸ ਵੀਰ ਤੋਂ ਮੈਂ ਵਾਲ ਕਟਾਉਣਾ ਉਹ ਅੱਜ ਛੁੱਟੀ ਦੇ ਨੇ। ਫਿਰ ਮੈਂ ਵਾਪਸ ਆ ਜਾਂਦਾ ਘਰੇ। ਵੈਸੇ ਆਪਣਾ ਵਲੌਗ ਕਿੱਥੋਂ ਤੱਕ ਪਹੁੰਚ ਗਿਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ।